ਹੋਲੇ ਮਹੱਲੇ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਸੰਗਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਰਹੀ ਹੈ, ਪਰ ਇਸੇ ਵਿਚਾਲੇ ਅਨੰਦਪੁਰ ਸਾਹਿਬ ਦੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ, ਜਿਸ ਦੇ ਚੱਲਦੇ ਤਖਤ ਸਾਹਿਬ ਦੇ ਜਥੇਦਾਰ ਰਘਵੀਰ ਸਿੰਘ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਦੂਰ ਦੁਰਾਡੇ ਤੋਂ ਆਈ ਸੰਗਤ ਨੂੰ ਬਿਨਾਂ ਗੁਰੂ ਘਰ ਦੇ ਦਰਸ਼ਨਾਂ ਦੇ ਘਰਾਂ ਨੂੰ ਮੁੜਨਾ ਨਾ ਪਵੇ। ਵਾਹਿਗੁਰੂ ਜੀ ਕੀ ਫਤਿਹ। ਸਮੁੱਚਾ ਸੰਸਾਰ ਜਾਣਦਾ ਹੈ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ, ਸਮੁੱਚਾ ਖਾਲਸਾ ਪੰਥ ਬਹੁਤ ਹੀ ਚੜ੍ਹਦੀ ਕਲਾ ਵਿੱਚ ਰਲ ਮਿਲ ਕੇ ਇਕੱਤਰ ਹੋ ਕੇ ਮਨਾਉਂਦਾ ਹੈ ਔਰ ਹਰ ਸਾਲ ਹੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ 'ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚ ਕੇ ਦਰਸ਼ਨ ਦੀਦਾਰੇ ਕਰਦੀਆਂ ਨੇ। ਸਾਨੂੰ ਬਹੁਤ ਵੱਡੀ ਸਮੱਸਿਆ ਇੱਕ ਆ ਰਹੀ ਹੈ ਕਿ ਪ੍ਰਸ਼ਾਸਨ ਸਾਨੂੰ ਬਿਲਕੁਲ ਸਾਡੇ ਕਹਿਣ 'ਤੇ ਕੋਈ ਸਹਿਯੋਗ ਨਹੀਂ ਕਰ ਰਿਹਾ। ਹਰ ਇੱਕ ਗਲੀ ਮੋੜ 'ਤੇ ਬੈਰੀਕੇਡ ਲਾ ਕੇ, ਨਾਕੇ ਲਾ ਕੇ ਅਤੇ ਸ਼ਹਿਰ ਨੂੰ ਟੈਟ ਕੀਤਾ ਹੋਇਆ। ਸੰਗਤਾਂ ਜਿਹੜੀਆਂ ਨੇ, ਮੈਂ ਹੁਣ ਵੀ ਦੋ ਤਿੰਨ ਥਾਵਾਂ 'ਤੇ ਜਾ ਕੇ ਆਇਆ, ਮੈਨੂੰ ਏਅਰਪੋਰਟ ਮਿਲ ਰਹੀ ਹੈ ਕਿ ਜਿਹੜੇ ਦੂਰ ਜਿੱਥੇ ਇਹਨਾਂ ਨੇ ਪਾਰਕਿੰਗ ਪੁਆਇੰਟ ਬਣਾਏ ਹੋਏ ਨੇ ਉੱਥੇ ਇੰਨਾ ਕੁ ਰਸ਼ ਹੈ ਕਿ ਸੰਗਤ ਜਿਹੜੀ ਹੈ, ਕਈ ਲੋਕ ਉੱਥੋਂ ਵਾਪਸ ਮੁੜਨ ਵਾਸਤੇ ਮਜਬੂਰ ਨੇ, ਲੋਕ ਉੱਥੋਂ ਵਾਪਸ ਮੁੜ ਰਹੇ ਨੇ। ਜਿਨ੍ਹਾਂ ਦੇ ਕੋਲ ਕੋਈ ਰਸਤਾ ਵਸਤਾ ਨੇ, ਕੋਈ ਆਪਣੇ ਘਰ ਤੋਂ ਕੋਈ ਆਟਾ ਦਾਣਾ ਕੁਛ ਲੈ ਕੇ ਤਖਤ ਕੇਸਗੜ੍ਹ ਸਾਹਿਬ ਜੀ ਵਿਖੇ ਜਾਂ ਕਿਸੇ ਲੰਗਰ ਵਿੱਚ ਭੇਟ ਕਰਨੀ ਚਾਹੁੰਦਾ, ਉਹ ਲੋਕ ਜਿਹੜੇ ਨੇ ਉਹ ਆਪਣੇ ਸਿਰ 'ਤੇ ਚੁੱਕ ਕੇ ਲਿਆਉਣ ਵਾਸਤੇ ਮਜਬੂਰ ਨੇ। ਪ੍ਰਸ਼ਾਸਨ ਵੱਲ ਦੀ ਬਹੁਤ ਢਿੱਲ ਮੱਠ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹੋਲੇ ਮੁਹੱਲੇ ਸੰਬੰਧੀ ਧਾਰਮਿਕ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋ ਚੁੱਕੇ ਨੇ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇੱਥੇ ਪਹੁੰਚ ਰਹੀ ਹੈ, ਪਰ ਸੰਗਤ ਦਾ ਕਹਿਣਾ ਹੈ ਕਿ ਸ਼ਹਿਰ ਦੇ ਅੰਦਰ ਦਾਖਲ ਹੋਣ ਲਈ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪ੍ਰਸ਼ਾਸਨ ਦੇ ਉੱਤੇ ਪੂਰੇ ਇੰਤਜ਼ਾਮ ਨਾ ਕਰਨ ਦੇ ਇਲਜ਼ਾਮ ਲੱਗ ਰਹੇ ਨੇ, ਜਿਸ ਕਾਰਨ ਸੰਗਤ ਖੱਜਲ ਖੁਆਰ ਹੋ ਰਹੀ ਹੈ। ਅਨੰਦਪੁਰ ਸਾਹਿਬ ਤੋਂ ਬਿਮਲ ਸੈਣੀ ਦੀ ਰਿਪੋਰਟ।